ਲੁਧਿਆਣਾ ਵਿੱਚ ਦਿਨ ਬਰ ਦਿਨ ਅਪਰਾਧਕ ਵਾਰਦਾਤਾਂ ਵਿੱਚ ਇਜਾਫਾ ਨਜ਼ਰ ਹੁੰਦਾ ਨਜ਼ਰ ਆ ਰਿਹਾ ਹੈ। ਤਾਜ਼ਾ ਮਾਮਲੇ ਵਿੱਚ ਸਥਾਨਕ ਅਮਰਪੁਰਾ ਦੇ ਇਸਲਾਮਾਗੰਜ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਪੁਰਾਣੇ ਰੰਦੇ ਦੇ ਚੱਲਦਿਆਂ ਇੱਕ ਧਿਰ ਦੇ ਵਿਅਕਤੀਆਂ ਵੱਲੋਂ ਦੂਜੀ ਧਿਰ ਦੇ ਲੋਕਾਂ ਉੱਤੇ ਉਸ ਵਕਤ ਕਾਤਲਾਨਾ ਹਮਲਾ ਕੀਤਾ ਗਿਆ ਜਦ ਉਹ ਇੱਕ ਕਾਰ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਇਸ ਦੌਰਾਨ ਕਾਰ ਚਾਲਕ ਫੱਟੜ ਹੋ ਗਿਆ। ਇਹ ਘਟਨਾਕ੍ਰਮ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਿਆ। ਵਾਰਡ ਦੇ ਕੌਂਸਲਰ ਗੁਰਦੀਪ ਸਿੰਘ ਨੀਟੂ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਆਖਿਆ ਕਿ ਪੁਲਿਸ ਨੂੰ ਮੁਲਜ਼ਮਾਂ ਖਿਲਾਫ ਬਣਤੀ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਸਮਝਦਾ ਕਿ ਜਿਹੜੀ ਇਹ ਕੱਲ ਡਿੰਪਲ ਦੇ ਪਰਿਵਾਰ ਨੂੰ ਗੱਡੀ ਦੇ ਵਿੱਚ ਘੇਰ ਕੇ ਔਰ ਸ਼ਰਿਆਮ ਕੁਰਬਾਨਾਂ ਮਾਰੀਆਂ ਨੇ, ਮੈਂ ਸਮਝਦਾ ਕਿ ਇਹ ਇੰਨੀ ਗੁੰਡਾਗਰਦੀ ਕੀਤੀ ਆ। ਉੱਥੇ ਦੇ ਸਥਾਨਕ ਲੋਕਾਂ ਨੇ ਇਹਨਾਂ ਨੂੰ ਬਚਾਇਆ। ਜੇ ਉੱਥੇ ਸਥਾਨਕ ਲੋਕ ਰੌਲਾ ਨਾ ਪਾਉਂਦੇ ਤਾਂ ਹੋ ਸਕਦਾ ਕਿ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਜਿਹੜਾ ਜੀ ਆ ਉਹ ਖਤਮ ਹੋ ਜਾਂਦਾ। ਇਹ ਮੈਂ ਮਾਨਯੋਗ ਕਮਿਸ਼ਨਰ ਸਾਹਿਬ ਜੀ ਦੇ ਅੱਗੇ ਅਪੀਲ ਕਰਾਂਗਾ ਕਿ ਇਹ ਜਲਦੀ ਤੋਂ ਜਲਦੀ ਕਾਰਵਾਈ ਕਰਕੇ ਇਹਨਾਂ ਦੋਸ਼ੀਆਂ ਨੂੰ ਅੰਦਰ ਢੱਕਿਆ ਜਾਵੇ।